ਜਿਹੜੇ ਕਹਿੰਦੇ ਸਨ ਮਰਾਂਗੇ ਨਾਲ ਤੇਰੀ, ਅੱਜ ਉਹਨਾਂ ਵੀ ਬਾਰੀਆਂ ਮਾਰੀਆਂ ਨੀ। ਜਿਹੜੇ ਕਹਿੰਦੇ ਸਨ ਮਰਾਂਗੇ ਨਾਲ ਤੇਰੇ, ਅੱਜ ਉਹਨਾਂ ਵੀ ਬਾਰੀਆਂ ਮਾਰੀਆਂ ਨੀ। ਜਿਹੜੇ ਤਰਸਦੇ ਸਨ ਦੀਦ ਨੂੰ ਦਿਨੇ ਰਾਤੀ, ਅੱਜ ਉਹਨਾਂ ਵੀ ਬਾਜ਼ੀਆਂ ਹਾਰੀਆਂ ਨੀ। ਜਦੋਂ ਬਾਗ ਦੇ ਵਿੱਚ ਖਿਜ਼ਾਨੇ ਵਾਲ ਖੋੜੇ, ਪੰਛੀ ਉੱਡ ਗਏ ਮਾਰ ਉਡਾਰੀਆਂ ਨੀ। ਮੁਹੰਮਦ ਬੂਟਿਆ ਝੂਠਾਈ ਜਗ ਸਾਰਾ, ਝੂਠਾਈ ਜਗ ਸਾਰਾ, ਕਮਲੀ ਵਾਲੇ ਦੀਆਂ ਸੱਚੀਆਂ ਯਾਰੀਆਂ ਨੀ। ਓਏ ਲੱਗੀਆਂ ਵਾਲੇ ਚੁੱਪ ਨਹੀਂ ਕਰਦੇ, ਭਾਵੇਂ ਦੇਈਏ ਲੱਖ ਦਿਲਾਸੇ, ਤੁਰ ਗਏ ਯਾਰ ਮੁਹੱਬਤਾਂ ਵਾਲੇ, ਹੁਣ ਜਾਈਏ ਕਿਹੜੇ ਪਾਸ। ਮਾਲੀ ਦਾ ਕੰਮ ਪਾਣੀ ਨਾਣਾ, ਤੇ ਭਰ ਭਰ ਮਸ਼ਕਾਂ ਪਾਵੇ, ਓਏ ਮਾਲਿਕ ਦਾ ਕੰਮ ਫੜ ਫੁੱਲ ਨਾਣਾ, ਲਾਵੇ ਯਾਰ ਲਾਵੇ। ਅੱਧੀ ਰਾਤ ਦਾ ਵਕਤ, ਜਿਬਰੀਲ ਅਮੀਨ ਸਿਦਰਤੁਲ ਮੁਨਤਹਾ ਦੀਆਂ ਬੁਲੰਦੀਆਂ, ਜਿਬਰੀਲ ਅਮੀਨ ਨੇ ਸੁਣਿਆ, ਰੱਬ ਤਾਲਾ ਫਰਮਾ ਰਿਹਾ ਜੀ ਮੇਰੇ ਬੰਦੇ, ਜੀ ਮੇਰੇ ਬੰਦੇ, ਜੀ ਮੇਰੇ ਬੰਦੇ। ਜਿਬਰੀਲ ਅਮੀਨ ਨੇ ਸੁਣਿਆ, ਜਿਬਰੀਲ ਅਮੀਨ ਹੈਰਾਨ ਰਹਿ ਗਏ। ਕਿਹੜਾ ਖੁਸ਼ ਨਸੀਬ ਉਹ ਸਾਰੀ ਦੁਨੀਆ ਤੇ ਆਵਾਮ ਪਈ ਕਰਦੀ ਹੈ, ਕਿਹੜਾ ਏਡਾ ਖੁਸ਼ ਨਸੀਬ ਹੈ ਜਿਹੜਾ ਰੱਬ ਤਾਰਾ ਦੀ ਬਾਰਗਾਹ ਦੇ ਵਿੱਚ ਰੱਬ ਤਾਰਾ ਦਾ ਜ਼ਿਕਰ ਪਿਆ ਕਰਦਾ ਹੈ, ਰੱਬ ਤਾਰਾ ਨੂੰ ਯਾਦ ਪਿਆ ਕਰਦਾ ਹੈ, ਤੇ ਰੱਬ ਤਾਰਾ ਪੈ ਫਰਮਾਉਂਦੇ ਨੇ ਜੀ ਮੇਰੇ ਬੰਦੇ, ਜੀ ਮੇਰੇ ਬੰਦੇ। ਜਿਬਰੀਲ ਅਮੀਨ ਨੇ ਸਿਦਰਤੁਲ ਮੁਨਤਹਾ ਤੋਂ ਦੌੜਾਂ ਲਾਈਆਂ। ਜਿਬਰੀਲ ਅਮੀਨ ਮੱਕੇ ਪਾਕ ਪਹੁੰਚੇ, ਹਰ ਪਾਸੇ ਵੇਖਿਆ, ਮਦੀਨੇ ਪਾਕ ਪਹੁੰਚੇ, ਹਰ ਪਾਸੇ ਵੇਖਿਆ, ਲੇਕਿਨ ਕੋਈ ਰੱਬ ਰੱਬ ਕਰਨ ਵਾਲਾ, ਰੱਬ ਨੂੰ ਯਾਦ ਕਰਨ ਵਾਲਾ, ਪੁਕਾਰਨ ਵਾਲਾ ਨਜ਼ਰ ਨਾ ਆਇਆ। ਹਰ ਪਾਸੇ ਜਿਬਰੀਲ ਅਮੀਨ ਨੇ ਵੇਖਿਆ, ਮਸਜਿਦਾਂ ਵੇਖੀਆਂ, ਕਾਬਾ ਵੇਖਿਆ, ਲੇਕਿਨ ਕਿਸੇ ਪਾਸੇ ਕੋਈ ਐਸੀ ਰੱਬ ਰੱਬ ਕਰਨ ਵਾਲਾ ਨਜ਼ਰ ਨਾ ਆਇਆ। ਅੱਲਾ ਪਾਕ ਦੀ ਬਾਰਗਾਹ ਵਿੱਚ ਅਰਜ਼ ਕੀਤੀ ਜਿਬਰੀਲ ਅਮੀਨ ਨੇ ਕਿ ਐ ਬਾਰੇ ਇਲਾਹ, ਕਿਹੜਾ ਖੁਸ਼ ਨਸੀਬ ਜਿਹੜਾ ਤੇਰੀ ਬਾਰਗਾਹ ਦੇ ਵਿੱਚ ਇਲਤਜਾਵਾਂ ਪਿਆ ਕਰਦਾ ਹੈ, ਤੇਰੀ ਬਾਰਗਾਹ ਦੇ ਵਿੱਚ ਫਰਿਆਦਾਂ ਪਿਆ ਕਰਦਾ ਹੈ, ਮੌਲਾ ਤੇਰਾ ਜ਼ਿਕਰ ਪਿਆ ਕਰਦਾ ਹੈ, ਤੇਰਾ ਨਾਂ ਪਿਆ ਲੈਂਦਾ ਹੈ, ਤੇ ਉਸ ਦੇ ਨਾਂ ਲੈਣ ਦੇ ਵਿੱਚ ਜ਼ਿਕਰ ਕਰਨ ਦੇ ਵਿੱਚ ਮੌਲਾ ਤੇਰਾ ਹੁਕਮ ਵੀ ਹੁੰਦਾ ਹੈ ਜੀ ਮੇਰੇ ਬੰਦੇ, ਜੀ ਮੇਰੇ ਬੰਦੇ। ਮੌਲਾ ਕਿਹੜਾ ਖੁਸ਼ ਨਸੀਬ ਹੈ ਕਿਸ ਜਾਤੇ ਤੇਰਾ ਨਾਂ ਪਿਆ ਲੈਂਦਾ ਹੈ। ਅੱਲਾਹ ਤਬਾਰਕਾਲਾ ਨੇ ਫਰਮਾਇਆ ਜਿਬਰੀਲ ਉਹ ਮੱਕੇ ਪਾਕ ਵਿੱਚ ਨਹੀਂ, ਉਹ ਮਦੀਨੇ ਪਾਕ ਵਿੱਚ ਨਹੀਂ, ਉਹ ਮਸਾਜਿਦ ਵਿੱਚ ਨਹੀਂ, ਦਰਬਾਰਾਂ ਤੇ ਉਹ ਨਹੀਂ, ਹਿੰਦੁਸਤਾਨ ਦਾ ਇੱਕ ਬੁੱਤਖਾਨਾ ਵੀ ਉਹ ਉੱਥੇ ਬਹਿ ਕੇ ਬੁੱਤ ਦੇ ਸਾਹਮਣੇ ਆਪਣੀ ਫਰਿਆਦ ਪੇਸ਼ ਪਿਆ ਕਰਦਾ ਸੀ, ਬੁੱਤ ਨੂੰ ਯਾਦ ਪਿਆ ਕਰਦਾ ਸੀ, ਪੁਕਾਰਦਾ ਪਿਆ ਸੀ ਬੁੱਤ ਨੂੰ, ਯਾ ਸਨਮ ਯਾ ਸਨਮ ਯਾ ਸਨਮ, ਪੁਕਾਰਦਿਆਂ ਪੁਕਾਰਦਿਆਂ ਉਹ ਬੁੱਤ ਨੇ ਤਾਂ ਕੋਈ ਜਵਾਬ ਨਾ ਦਿੱਤਾ। ਬੇਇਖਤਿਆਰੀ ਦੇ ਨਾਲ ਉਸਦੀ ਜ਼ੁਬਾਨ ਤੋਂ ਨਿਕਲਿਆ ਯਾ ਸਮਦ ਯਾ ਸਮਦ ਯਾ ਸਮਦ। ਐ ਜਿਬਰੀਲ ਜਦ ਉਸਦੀ ਜ਼ੁਬਾਨ ਉੱਤੇ ਬੇਇਖਤਿਆਰੀ ਦੇ ਨਾਲ ਸਨਮ ਦੀ ਬਜਾਏ ਯਾ ਸਮਦ ਨਿਕਲਿਆ, ਜਿਬਰੀਲ ਬੁੱਤ ਨੇ ਵੀ ਉਸਨੂੰ ਕੋਈ ਜਵਾਬ ਨਾ ਦਿੱਤਾ। ਮੇਰਾ ਨਾਂ ਉਸਦੀ ਜ਼ੁਬਾਨ ਉੱਤੇ ਜਦੋਂ ਆਇਆ,
ਉਹ ਮੈਂ ਵੀ ਉਸ ਨੂੰ ਜਵਾਬ ਨਾ ਦਿੰਦਾ ਫਿਰ ਇੱਥੇ ਫਰਕ ਕੀ ਰਹਿੰਦੀ 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 ਇਸ ਵਕਤ ਜਿਬਰੀਲ ਅੱਜ ਉਸ ਦੀ ਜ਼ੁਬਾਨ ਉੱਤੇ ਮੇਰਾ ਨਾਮ ਆਇਆ ਤੇ ਮੈਂ ਉਸ ਨੂੰ ਜਵਾਬ ਕਿਆ ਦੇਣਾ ਜੀ ਮੇਰੇ ਬੰਦੇ ਤੇ ਜਿਹੜਾ ਵੀ ਇਖਤਿਆਰੀ ਦੇ ਨਾਲ ਜਿਸ ਦੀ ਜ਼ੁਬਾਨ ਉੱਤੇ ਰੱਬ ਤਾਰਾ ਦਾ ਜਾਵੇ ਤੇ ਰੱਬ ਤਾਰਾ ਕਰਮ ਫਰਮਾਵੇ ਤੇ ਜਿਹੜਾ ਖੁਸ਼ ਨਸੀਬ ਆਜ਼ੀ ਦੇ ਨਾਲ ਜ਼ਾਰੀਆਂ ਕਰਨੀਆਂ ਕਰਨੀਆਂ ਅੱਲਾ ਪਾਕ ਦਾ ਨਾਮ ਲਵੇ ਉਸ ਨੂੰ ਯਾਦ ਕਰੇ ਉਸਦਾ ਜ਼ਿਕਰ ਕਰੇ ਤੇ ਮੁੜ ਰੱਬ ਤਾਰਾ ਕਿਉਂ ਨਾ ਕਰਮ ਫਰਮਾਵੇ ਤੇ ਇਸ ਵਾਸਤੇ ਖੁਸ਼ ਨਸੀਬ ਲੁੱਟ ਲੈ ਖਦਾਨੇ ਰੱਬ ਦੇ ਬੇਖਬਰਾ ਤੇ ਅਨਜਾਣਾ ਰਹਿਮਤ ਰੱਬ ਦੀ ਹੈ ਜੋਸ਼ ਅੰਦਰ ਮਤਾਂ ਫੇਰ ਪਵੀ ਪਛਤਾਣਾ ਉਹ ਦੁਨੀਆ ਮੰਗ ਲੈ ਭਾਵੇਂ ਉਪਬਾ ਮੰਗ ਲੈ ਭਾਵੇਂ ਮੰਗ ਲੈ ਇਸ਼ਕ ਰਬਾਣਾ ਆਜ਼ਮ ਜੋ ਜੀ ਆਉਂਦੇ ਮੰਗ ਲੈ ਅੱਜ ਜੋ ਮੰਗੀ ਉਹ ਮਿਲ ਜਾਣਾ ਹਜ਼ੂਰ ਅਲੈਹਿ ਸਲਾਮ ਨੇ ਫਰਮਾਇਆ ਜਿਹੜਾ ਖੁਸ਼ ਨਸੀਬ ਹਰ ਫਰਜ਼ ਨਮਾਜ਼ ਤੋਂ ਬਾਅਦ ਐਤਰ ਕੁਰਸੀ ਪੜ੍ਹੇਗਾ ਮਰਦ ਤੋਂ ਬਾਅਦ ਅੱਲਾਹ ਤਬਾਰਕ ਤਾਲਾ ਉਸ ਨੂੰ ਐਤਰ ਕੁਰਸੀ ਦੇ ਪੜ੍ਹਨ ਦੀ ਬਰਕਤ ਦੇ ਨਾਲ ਅੱਲਾਹ ਤਬਾਰਕ ਤਾਲਾ ਉਸ ਨੂੰ ਜੰਨਤ ਅਤਾ ਫਰਮਾਵੇਗਾ ਤਾਂ ਆਖਿਰਕਾਰ ਖੁਸ਼ ਨਸੀਬ ਅੱਲਾਹ ਪਾਕ ਦੀ ਬਾਰਗਾਹ ਦੇ ਵਿੱਚ ਅੱਜ ਵਿਰਦ ਵਜ਼ੀਫੇ ਕਰ ਲੈ ਕੁਰਾਨ ਪਾਕ ਦੀਆਂ ਤਿਲਾਵਤਾਂ ਕਰ ਲੈ ਨੇਕ ਅਮਾਲ ਕਰ ਲੈ ਕਿਉਂਕਿ ਮੌਕਾ ਜਦੋਂ ਤੁਰ ਜਾਣਾ ਆਖਿਰਕਾਰ ਜਰੇ ਦਰੇ ਦਾ ਹਿਸਾਬ ਕਿਤਾਬ ਹੋਣਾ ਵੀ